ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਮੋਹਾਲੀ ਦੇ ਨੇੜੇ ਇੱਕ ਵੱਡਾ ਐਨਕਾਊਂਟਰ ਹੋਇਆ ਹੈ। ਦੱਸ ਦਈਏ ਕਿ ਬਲੌਂਗੀ ਦੇ ਨੇੜੇ ਮੋਹਾਲੀ ਅਤੇ ਬਟਾਲਾ ਪੁਲਿਸ ਦਾ ਸਾਂਝਾ ਆਪਰੇਸ਼ਨ ਸੀ, ਜਿਸ ਦੇ ਵਿੱਚ ਸ਼ਰਨਜੀਤ ਸਿੰਘ ਅਲਾਇਸ ਸੰਨੀ, ਜੋ ਡੇਰਾ ਬਾਬਾ ਨਾਨਕ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ, ਉਸ ਦੇ ਗੋਲੀ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਡਰੋਨ ਸਪਲਾਈ ਦੇ ਹਥਿਆਰਾਂ 'ਤੇ ਜੋ ਬਾਰਡਰ ਪਾਰ ਤੋਂ ਇਹ ਮੰਗਵਾਉਂਦਾ ਸੀ, ਜਿਸ ਤੋਂ ਬਾਅਦ ਜੋ ਸ਼ਰਨਜੀਤ ਹੈ ਉਸ ਦੇ ਨਾਲ ਅਮਰਜੀਤ ਸਿੰਘ ਜਿਹੜਾ ਕੋ ਅਕਿਊਜ਼ਡ ਹੈ, ਜਿਸ ਨੂੰ ਪਹਿਲਾਂ ਹੀ ਫੜ ਲਿਆ ਗਿਆ ਸੀ, ਤਾਂ ਉਸ ਦੌਰਾਨ ਇੱਕ ਜਗ੍ਹਾ 'ਤੇ ਜਿੱਥੇ ਲੁਕਿਆ ਹੋਇਆ ਸੀ, ਤਾਂ ਉਸ ਦੌਰਾਨ ਪੁਲਿਸ ਜਿਹੜੀ ਹੈ ਘੇਰਾਬੰਦੀ ਕਰ ਲੈਂਦੀ ਹੈ। ਅਤੇ ਪੁਲਿਸ ਜਦੋਂ ਘੇਰਾਬੰਦੀ ਕਰਦੀ ਹੈ ਤਾਂ ਇਹ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਮੋਹਾਲੀ ਦੇ ਵਿੱਚ ਵੱਡਾ ਐਨਕਾਊਂਟਰ, ਬਲੌਂਗੀ ਦੇ ਗਊਸ਼ਾਲਾ ਦੇ ਨੇੜੇ ਐਨਕਾਊਂਟਰ ਦੀ ਖਬਰ ਹੈ। ਪੁਲਿਸ ਅਤੇ ਅੱਤਵਾਦੀਆਂ ਦੇ ਨੇੜਲੇ ਸਾਥੀ ਦਾ ਐਨਕਾਊਂਟਰ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਹੋਰ ਐਨਕਾਊਂਟਰ, ਮੁੱਠਭੇੜ ਦੇ ਵਿੱਚ ਇੱਕ ਬਦਮਾਸ਼ ਦੇ ਗੋਲੀ ਲੱਗੀ ਹੈ, ਜੋ ਅੱਤਵਾਦੀਆਂ ਦਾ ਨੇੜਲਾ ਸਾਥੀ ਦੱਸਿਆ ਜਾ ਰਿਹਾ ਹੈ। ਮੋਹਾਲੀ ਤੇ ਬਟਾਲਾ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ ਸੀ, ਜਿਸ ਦੇ ਵਿੱਚ ਇੱਕ ਜੋ ਅੱਤਵਾਦੀਆਂ ਦਾ ਨੇੜਲਾ ਸਾਥੀ ਹੈ ਉਸ ਦੇ ਗੋਲੀ ਲੱਗੀ ਹੈ। ਅੱਤਵਾਦੀਆਂ ਦਾ ਖਾਸ ਗੁਰਗਾ, ਜਿਸ ਦੀ ਪੁਲਿਸ ਦੇ ਨਾਲ ਮੁੱਠਭੇੜ ਹੋਈ ਹੈ। ਦੱਸ ਦਈਏ ਕਿ ਅੱਤਵਾਦੀ ਰੰਧਾ ਦਾ ਖਾਸ ਦੱਸਿਆ ਜਾ ਰਿਹਾ ਹੈ ਮੁਲਜ਼ਮ, ਜਿਸ ਦੇ ਗੋਲੀ ਲੱਗੀ ਹੈ। ਮੁਲਜ਼ਮ ਸ਼ਰਨਜੀਤ ਸਿੰਘ ਸੰਨੀ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ। ਮੋਹਾਲੀ ਅਤੇ ਬਟਾਲਾ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ, ਤਾਂ ਅੱਤਵਾਦੀ ਰਿੰਦਾ ਦਾ ਖਾਸ ਦੱਸਿਆ ਜਾ ਰਿਹਾ ਹੈ। ਬਾਰਡਰ ਪਾਰ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਸਪਲਾਈ ਹੁੰਦੀ ਸੀ, ਤਾਂ ਇਸ ਦੇ ਇੱਕ ਸਾਥੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਦੀ ਭਾਲ ਕੀਤੀ ਜਾ ਰਹੀ ਸੀ। ਤਾਂ ਜਦੋਂ ਭਾਲ ਕੀਤੀ ਜਾ ਰਹੀ ਸੀ ਤਾਂ ਉਸ ਦੌਰਾਨ ਜਦੋਂ ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਇੱਕ ਜਿਹੜੀ ਗੋਲੀ ਹੈ ਉਹ ਵੀ ਸ਼ਰਨਜੀਤ ਸਿੰਘ ਦੇ ਲੱਗੀ ਹੈ। ਤਾਂ ਅੱਤਵਾਦੀ ਰੰਦਾ ਦਾ ਖਾਸ ਦੱਸਿਆ ਜਾ ਰਿਹਾ ਹੈ ਇਹ ਮੁਲਜ਼ਮ ਸ਼ਰਨਜੀਤ ਸਿੰਘ ਸੰਨੀ, ਜਿਸ 'ਤੇ ਗੋਲੀ ਲੱਗੀ ਹੈ। ਇਲਜ਼ਾਮ ਇਹ ਨੇ ਕਿ ਬਾਰਡਰ ਪਾਰ ਤੋਂ ਡਰੋਨ ਰਾਹੀਂ ਹਥਿਆਰ ਮੰਗਵਾਉਂਦਾ ਸੀ। ਅੱਤਵਾਦੀ ਰਿੰਦਾ ਦਾ ਖਾਸ ਹੈ ਅਤੇ ਲੱਤ ਦੇ ਵਿੱਚ ਗੋਲੀ ਲੱਗੀ ਹੈ। ਮੋਹਾਲੀ ਦੇ ਬਲੌਂਗੀ ਨੇੜੇ ਇਹ ਐਨਕਾਊਂਟਰ ਹੋਇਆ ਹੈ, ਗਊਸ਼ਾਲਾ ਦੇ ਨੇੜੇ ਮੁੱਠਭੇੜ ਦੇ ਦੌਰਾਨ। ਦੱਸ ਦਈਏ ਕਿ ਇਸ ਦੇ ਗੋਲੀ ਲੱਗੀ ਹੈ। ਮੋਹਾਲੀ ਅਤੇ ਬਟਾਲਾ ਪੁਲਿਸ ਦੀ ਸਾਂਝੀ ਕਾਰਵਾਈ ਹੈ, ਜਿਸ ਦੇ ਵਿੱਚ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ। ਸ਼ਰਨਜੀਤ ਸਿੰਘ ਸੰਨੀ ਨਾਮਕ ਬਦਮਾਸ਼ ਹੈ, ਅੱਤਵਾਦੀਆਂ ਦਾ ਖਾਸ ਦੱਸਿਆ ਜਾ ਰਿਹਾ ਹੈ, ਜਿਸ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਅਤੇ ਜਿਸ ਨੂੰ ਹਸਪੀਟਲ ਪਹੁੰਚਾਇਆ ਜਾ ਰਿਹਾ। ਮੁੱਢਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਮੋਹਾਲੀ ਅਤੇ ਬਟਾਲਾ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਚਲਾਇਆ ਗਿਆ। ਇੱਕ ਹੋਰ ਗੈਂਗਸਟਰ ਬਲੌਂਗੀ ਦੇ ਨੇੜੇ, ਦੱਸ ਦਈਏ ਕਿ ਅੱਤਵਾਦੀਆਂ ਦਾ ਸਾਥੀ ਜੋ ਮੁਲਜ਼ਮ ਹੈ, ਜਿਹੜੀਆਂ FIR ਨੇ ਇਸ 'ਤੇ ਦਰਜ ਨੇ, ਉਸ ਦੇ ਵਿੱਚ ਧਾਰਾ 120B, 121, 153, 25, 67 ਜਿਹੜੀ ਆਰਮਜ਼ ਐਕਟ ਦੀ ਧਾਰਾ ਹੈ, 25, 54, 58 ਅਤੇ ਉਸ ਤੋਂ ਬਿਨਾਂ ਕਈ ਹੋਰ ਐਕਟੀਵਿਟੀਜ਼ ਦੇ ਵਿੱਚ ਇਹ ਸ਼ਾਮਲ ਸੀ। ਬਲੌਂਗੀ ਦੇ ਨੇੜੇ ਐਨਕਾਊਂਟਰ ਕੀਤਾ ਗਿਆ। ਮੋਹਾਲੀ ਅਤੇ ਬਟਾਲਾ ਪੁਲਿਸ ਦੀ ਸਾਂਝੀ ਕਾਰਵਾਈ ਹੈ ਅਤੇ ਇੱਕ ਗੋਲੀ ਜਿਹੜੀ ਹੈ ਉਹ ਲੱਗੀ ਹੈ ਸ਼ਰਨਜੀਤ ਸਿੰਘ ਉਰਫ ਸੰਨੀ ਦੇ, ਜੋ ਪਿੰਡ ਮਾਨ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੇ ਨਾਲ ਸੰਬੰਧਿਤ ਹੈ। ਇਲਜ਼ਾਮ ਇਹ ਨੇ ਕਿ ਡਰੋਨ ਦੇ ਰਾਹੀਂ ਹਥਿਆਰਾਂ ਦੇ ਅਸਲੇ ਦੀ ਸਪਲਾਈ ਜਿਹੜੀ ਆ ਉਹ ਮੰਗਵਾਉਂਦਾ ਸੀ, ਜਿਸ ਦੇ ਵਿੱਚ ਇਸਦਾ ਸਾਥੀ ਅਮਰਜੀਤ ਸਿੰਘ, ਜਿਸ ਨੂੰ ਪਹਿਲਾਂ ਹੀ ਅਰੈਸਟ ਕੀਤਾ ਗਿਆ ਅਤੇ ਜਦੋਂ ਪੁਲਿਸ ਇਸ ਨੂੰ ਫੜਨ ਲਈ ਪਹੁੰਚਦੀ ਹੈ ਤਾਂ ਇਸ ਦੇ ਨਾਲ ਮੁੱਠਭੇੜ ਹੋ ਜਾਂਦੀ ਹੈ, ਗੋਲੀ ਚਲਾ ਦਿੱਤੀ ਜਾਂਦੀ ਹੈ। ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਇਸ ਬਦਮਾਸ਼ ਦੇ ਗੋਲੀ ਲੱਗੀ ਹੈ, ਇਸ ਮੁਲਜ਼ਮ ਦੇ ਗੋਲੀ ਲੱਗੀ ਹੈ ਅਤੇ ਅੱਤਵਾਦੀ ਰਿੰਦਾ ਦਾ ਵੀ ਖਾਸ ਦੱਸਿਆ ਜਾ ਰਿਹਾ ਹੈ ਇਹ ਮੁਲਜ਼ਮ।